ਹਿਰਨੀ ਦਾ ਸ਼ਿਕਾਰ ਕੀਤਾ। ਬੱਚੇ ਤੜਪ ਤੜਪ ਕੇ ਖਤਮ ਹੋ ਗਏ। ਰਾਜਪੂਤ ਘਰਾਣੇ ਦਾ ਪੁੱਤ ਤੀਰ ਕਮਾਨ ਛੱਡ ਕੇ ਵਿਰਾਗੀ ਹੋ ਗਿਆ। ਕਿਸੇ ਵੇਲੇ ਤੜਫਦੇ ਹੋਏ ਬੱਚੇ ਹਿਰਨੀ ਦੇ ਦੇਖੇ ਨਾ ਗਏ। ਅੱਜ 4 ਸਾਲ ਦੇ ਬੱਚੇ ਦਾ ਕਲੇਜਾ ਮੂੰਹ ਚ ਪਵਾਉਣ ਵਾਲਿਆ, ਕਿਹਦੇ ਦਰ ਤੇ ਜਾ ਆਇਆ, ਕਿਹਨੂੰ ਸਿਜਦਾ ਕਰ ਆਇਆ, ਸਾਨੂੰ ਦੱਸ ਕੇ ਜਾਈ। ਕਹਿੰਦਾ ਫਰਕ ਇੰਨਾ ਕਹਿ, ਪਹਿਲਾਂ ਬੰਦਿਆਂ ਦਾ ਬੰਦਾ ਸਾਂ, ਅੱਜ ਗੁਰੂ ਦਾ ਬੰਦਾ। ਕਿਸੇ ਵੇਲੇ ਉਗੜਨਾਥ ਕੋਲੇ ਗਿਆ, ਕਿਸੇ ਵੇਲੇ ਮੈਂ ਰਮਦਾਸ ਨੂੰ ਗੁਰੂ ਬਣਾਇਆ, ਕਿਸੇ ਵੇਲੇ ਔਗਣਨਾਥ ਕੋਲੇ ਗਿਆ। ਹੁਣ ਮੇਰਾ ਸਤਿਗੁਰੂ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥ ਕੱਟੇ, ਲੱਤਾਂ ਕੱਟੀਆਂ, ਬਾਹਾਂ, ਸਰੀਰ ਦਾ ਇੱਕ ਇੱਕ ਹਿੱਸਾ ਕੱਟਿਆ। ਭਾਈ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਉਹਨਾਂ ਇੱਕ ਇੱਕ ਪੋਟਾ ਪੋਟਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੋਰੀ ਚ ਪਾਇਆ। ਇਹ ਸ਼ਹੀਦਾਂ ਦਾ ਜੀਵਨ ਹੈ, ਭਗਤਾਂ ਦਾ ਇਤਿਹਾਸ ਵਿਆਖਿਆ ਕਰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ। ਐਵੇਂ ਥੋੜ੍ਹਾ